ਇੰਡੋਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਗੁਰਿਕਪਾਲ ਸਿੰਘ। ਅੱਜ ਅਸੀਂ ਗੱਲ ਕਰਦੇ ਹਾਂ ਕੁਦਰਤ ਦੀ, ਕੁਦਰਤ ਦੇ ਬਣਾਏ ਹੋਏ ਰੰਗਾਂ ਦੀ। ਜੋ ਕੁਦਰਤ ਨੇ ਰੰਗ ਸ੍ਰਿਸ਼ਟੀ ਦੇ ਵਿੱਚ ਸਿਰਜੇ ਹੈ, ਜੋ ਸ੍ਰਿਸ਼ਟੀ ਇਹਨਾਂ ਰੰਗਾਂ ਨੇ ਬਣਾਈ ਹੋਈ ਹੈ, ਇਹਨਾਂ ਹੀ ਰੰਗਾਂ ਦੀ ਵਰਤੋਂ ਕਰਕੇ ਇੱਕ ਕਲਾਕਾਰ ਆਪਣੀ ਕਲਾ ਦੇ ਵਿੱਚ ਉਹਨਾਂ ਰੰਗਾਂ ਨੂੰ ਸਿਰਜਦਾ ਹੈ। ਕਲਾ ਵੀ ਵੱਖ ਵੱਖ ਤਰ੍ਹਾਂ ਦੀ ਹੋ ਸਕਦੀ ਹੈ, ਚਾਹੇ ਉਹ ਥੀਏਟਰ ਦੀ ਕਲਾ ਹੈ, ਚਾਹੇ ਉਹ ਗਾਉਣ ਦੀ ਕਲਾ ਹੈ, ਚਾਹੇ ਉਹ ਨੱਚਣ ਦੀ ਕਲਾ ਹੈ। ਇਸ ਦੇ ਨਾਲ ਹੀ ਇੱਕ ਜਿਹੜੀ ਕਲਾ ਹੈਗੀ ਹੈ ਰੰਗਾਂ ਦੀ ਕਲਾ, ਇਹਨਾਂ ਰੰਗਾਂ ਦੀ ਕਲਾ ਨੂੰ ਇੱਕ ਆਰਟਿਸਟ ਹੈ ਜਿਹੜਾ ਪ੍ਰਫੁੱਲਿਤ ਕਰ ਰਿਹਾ ਬਠਿੰਡਾ ਸ਼ਹਿਰ ਦੇ ਵਿੱਚ। ਇੱਕ ਬਹੁਤ ਹੀ ਵੱਡੇ ਆਰਟਿਸਟ ਜਿਹੜੇ ਕਿ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ, ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਵਿੱਚ ਇਹਨਾਂ ਦੇ ਜੋ ਕੈਨਵਸ 'ਤੇ ਉਤਾਰੇ ਹੋਏ ਰੰਗ ਹੈ ਇਹਨਾਂ ਦੇ ਪਸੰਦ ਕੀਤੇ ਜਾਂਦੇ ਹੈ। ਅੱਜ ਅਸੀਂ ਪਹੁੰਚੇ ਹੋਏ ਹਾਂ ਬਠਿੰਡਾ ਤੋਂ ਆਰਟਿਸਟ ਗੁਰਪ੍ਰੀਤ ਜੀ ਕੋਲ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਗੁਰਪ੍ਰੀਤ ਜੀ, ਸਭ ਤੋਂ ਪਹਿਲਾ ਸਵਾਲ ਤੁਹਾਨੂੰ ਮੈਂ ਇਹ ਪੁੱਛਣਾ ਚਾਹਾਂਗਾ ਕਿ ਕਲਾ ਦੀ ਪਰਿਭਾਸ਼ਾ ਤੁਸੀਂ ਕੀ ਲੈਂਦੇ ਹੋ? ਕਲਾ, ਗੁਰਿਕਪਾਲ ਜੀ, ਕਲਾ ਦੀ ਕੋਈ ਇੱਕ ਪਰਿਭਾਸ਼ਾ ਸੀਮਿਤ ਨਹੀਂ ਹੈਗੀ। ਅਸਲ ਦੇ ਵਿੱਚ ਤਾਂ ਕਲਾ ਦੀਆਂ ਸਮੇਂ ਸਮੇਂ 'ਤੇ ਅਲੱਗ ਅਲੱਗ ਪਰਿਭਾਸ਼ਾਵਾਂ ਹੋਈਆਂ, ਭਾਵੇਂ ਉਹ ਪਲੈਟੋ ਦੇ ਟਾਈਮ 'ਤੇ ਕੁਛ ਕਲਾ ਇਕੱਲੀ ਕਾਪੀ ਨੂੰ ਹੀ ਮੰਨਦੇ ਸੀਗੇ, ਪਰ ਲਿਓਨਾਰਡੋ ਦਾ ਵਿੰਸੀ ਲਿਖਦਾ ਵੀ ਕਲਾ ਉਹ ਹੈ ਜਦੋਂ ਅਸੀਂ ਕੈਨਵਸ ਉੱਤੇ ਰੰਗਾਂ ਨਾਲ ਕਵਿਤਾ ਲਿਖ ਦਿੰਦੇ ਹਾਂ, ਉਹ ਕਲਾ ਹੈ। ਹਾਂਜੀ, ਕਲਾ ਨੂੰ ਹੋਰ ਜੇ ਆਪਾਂ ਬਹੁਤ ਪ੍ਰਸਾਈਜ਼ ਕਰਨਾ ਹੋਵੇ ਤਾਂ ਬਹੁਤ ਇੱਕ ਫਾਈਨਲ ਮੇਰੇ ਹਿਸਾਬ ਨਾਲ ਇੱਕ ਪਰਿਭਾਸ਼ਾ ਇੱਕ ਘੜਨੀ ਹੋਵੇ ਉਹਦੀ, ਤਾਂ ਉਹ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਕਿਸੇ ਦ੍ਰਿਸ਼ ਨੂੰ ਦੇਖਦੇ ਹਾਂ, ਕਿਸੇ ਘਟਨਾ ਨੂੰ ਦੇਖਦੇ ਹਾਂ, ਕੁਛ ਵੀ ਮਹਿਸੂਸ ਕਰਦੇ ਹਾਂ, ਤਾਂ ਜੋ ਉਸ ਤੋਂ ਬਾਅਦ ਸਾਡੇ ਅੰਦਰ ਇੱਕ ਆਪਣੀਆਂ ਭਾਵਨਾਵਾਂ ਦਾ ਇੱਕ ਉਛਾਲ ਆਉਂਦਾ, ਬਿਲਕੁਲ ਉਸ ਨੂੰ ਅਸੀਂ ਰੰਗਾਂ ਨਾਲ ਕੈਨਵਸ ਉੱਤੇ ਲਾ ਦਿੰਦੇ ਹਾਂ, ਪਰ ਇੱਥੇ ਪਰਿਭਾਸ਼ਾ ਪੂਰੀ ਨਹੀਂ ਹੋ ਜਾਂਦੀ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਵਿਊਅਰ ਹੈ, ਜਿਹੜਾ ਉਹਨੂੰ ਪੇਂਟਿੰਗ ਨੂੰ, ਤੁਹਾਡੀ ਤਸਵੀਰ ਨੂੰ, ਤੁਹਾਡੇ ਬੁੱਤ ਨੂੰ ਦੇਖਣ ਵਾਲਾ ਬੰਦਾ, ਉਹਦੇ ਮਨ ਵਿੱਚ ਉਹ ਤਸਵੀਰ ਨੂੰ ਦੇਖ ਕੇ ਉਹ ਭਾਵਨਾਵਾਂ ਪੈਦਾ ਹੋਣ ਜਦੋਂ ਤੁਹਾਡੇ ਦ੍ਰਿਸ਼ ਦੇਖਦੇ ਸਮੇਂ ਪੈਦਾ ਸੀ। ਬਿਲਕੁਲ ਜੀ। ਫੋਰ ਐਗਜ਼ਾਮਪਲ, ਮੈਂ ਪਹਾੜਾਂ 'ਤੇ ਗਿਆ, ਮੈਨੂੰ ਬਹੁਤ ਸੋਹਣੇ ਲੱਗੇ ਪਹਾੜ, ਮੇਰਾ ਮਨ ਪੂਰਾ ਖੁਸ਼ੀ ਨਾਲ ਭਰ ਗਿਆ, ਮੈਂ ਘਰੇ ਆ ਕੇ ਉਹਨਾਂ ਪਹਾੜਾਂ ਦਾ ਸੀਨ ਬਣਾਇਆ, ਅਤੇ ਜਦੋਂ ਕੋਈ ਦੇਖਣ ਵਾਲਾ ਉਹ ਪੇਂਟਿੰਗ ਨੂੰ ਦੇਖੂਗਾ, ਉਹ ਪੇਂਟਿੰਗ ਦੇਖਣ ਸਮੇਂ ਉਹਦੇ ਮਨ 'ਚ ਉਹੀ ਭਾਵਨਾਵਾਂ ਪੈਦਾ ਹੋਣ ਜੋ ਮੇਰੇ ਉੱਥੇ ਪਹਾੜਾਂ 'ਚ ਪੈਦਾ ਹੋਣ। ਗੁਰਪ੍ਰੀਤ ਜੀ, ਤੁਸੀਂ ਬਹੁਤ ਤਰ੍ਹਾਂ ਦੀਆਂ ਪੇਂਟਿੰਗਸ ਬਣਾਈਆਂ, ਤੁਸੀਂ ਬਹੁਤ ਤਰ੍ਹਾਂ ਦੇ ਵਿਸ਼ੇ ਜਿਹੜੇ ਚੂਜ਼ ਕੀਤੇ, ਚਾਹੇ ਉਹ ਧਰਮ ਨਾਲ ਸੰਬੰਧਿਤ ਸੀ, ਚਾਹੇ ਉਹ ਸਮਾਜਿਕ ਸੀਗੇ, ਚਾਹੇ ਉਹ ਪੋਲੀਟੀਕਲ ਸਿਸਟਮ 'ਤੇ ਵੀ ਕਿਤੇ ਨਾ ਕਿਤੇ ਜਿਹੜੀਆਂ ਕਟਾਸ ਹੁੰਦੀ, ਜਿਹੜੀਆਂ ਇਹ ਚੀਜ਼ਾਂ ਨੂੰ ਤੁਸੀਂ ਕੈਨਵਸ 'ਤੇ ਉਤਾਰਨ ਸਮੇਂ ਤੁਹਾਡੀ ਮਨੋਦਸ਼ਾ ਜਿਹੜੀ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਅਤੇ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਕੈਨਵਸ ਦੇ ਉੱਤੇ ਉਤਾਰਦੇ ਹੋ? ਮੇਰੇ ਲਈ ਨਾ ਜਿਵੇਂ ਮੈਂ ਤੁਹਾਨੂੰ ਹੁਣੇ ਪਰਿਭਾਸ਼ਾ ਦੱਸੀ ਹੈ ਕਲਾ ਦੀ, ਮੇਰੇ ਲਈ ਕਲਾ ਬਿਲਕੁਲ ਉਵੇਂ ਹੀ ਹੈ। ਮੈਂ ਜਦੋਂ ਕਿਸੇ ਚੀਜ਼ ਨੂੰ ਦੇਖਦਾ ਅਤੇ ਉਹ ਚੀਜ਼ ਨੂੰ ਦੇਖਣ ਤੋਂ ਬਾਅਦ, ਕਿਸੇ ਘਟਨਾ ਤੋਂ ਬਾਅਦ ਮੇਰੇ ਮਨ ਦੇ ਅੰਦਰ ਕੁਛ ਹਲਚਲ ਸ਼ੁਰੂ ਹੋ ਜਾਂਦੀ ਹੈ ਅਤੇ ਦ੍ਰਿਸ਼ ਚਿੱਤਰੇ ਜਾਣ ਲੱਗ ਜਾਂਦੇ ਅੰਦਰ। ਬਿਲਕੁਲ, ਆਲਰੇਡੀ ਠੀਕ। ਇਹ ਲਗਭਗ ਹਰ ਬੰਦੇ ਨਾਲ ਹੁੰਦਾ, ਜਿਹੜਾ ਵੀ ਥੋੜ੍ਹਾ ਜਿਹਾ ਵੀ ਇਮੋਸ਼ਨਲ, ਥੋੜ੍ਹਾ ਵੀ ਸੈਂਟੀਮੈਂਟਲ, ਉਹਦੇ ਅੰਦਰ ਦ੍ਰਿਸ਼ ਬਣਨ ਲੱਗ ਜਾਂਦੇ ਆ, ਉਹਨੂੰ ਅਲੱਗ ਅਲੱਗ ਮਾਧਿਅਮ ਨਾਲ ਕਹਿ ਸਕਦਾ। ਮੇਰੇ ਅੰਦਰ ਵੀ ਐਂ ਹੁੰਦਾ ਅਤੇ ਜਦੋਂ ਤੱਕ ਮੈਂ ਉਹਨੂੰ ਕੈਨਵਸ ਉੱਤੇ ਨਾ ਲਾ ਦਾਂ ਜੀ, ਉਦੋਂ ਤੱਕ ਮੈਨੂੰ ਫਿਰ ਚੈਨ ਨਹੀਂ ਆਉਂਦੀ। ਕਈ ਪੇਂਟਿੰਗਸ ਇੰਨੀ ਫੋਰਸ ਨਾਲ ਆਈਆਂ ਕਿ ਕੁਛ ਘੰਟਿਆਂ ਦੇ ਵਿੱਚ ਉਹ ਪੇਂਟਿੰਗ ਤਿਆਰ ਹੋ ਗਈ ਬਣ ਕੇ। ਕਿਸੇ ਪੰਜਾਬ ਦੇ ਪੋਲੀਟੀਕਲ ਹਾਲਾਤਾਂ ਨੇ ਕੁਛ ਇਸ ਤਰ੍ਹਾਂ ਨਾਲ ਮੈਨੂੰ ਮਤਲਬ ਡਿਸਟਰਬ ਕੀਤਾ ਕਿ ਜਦੋਂ ਤੱਕ ਉਹ ਮੈਂ ਗੱਲ ਰੰਗਾਂ ਨਾਲ ਕਹਿ ਨਹੀਂ ਲਿੱਤੀ ਤਾਂ ਮੈਨੂੰ ਜੀ ਚੈਨ ਨਹੀਂ ਮਿਲੀ। ਜਾਂ ਰਾਤ ਨੂੰ ਇਹ ਵੀ ਹੁੰਦਾ ਕਿ ਮੈਨੂੰ ਨੀਂਦ ਨਹੀਂ ਆਉਂਦੀ ਉਦੋਂ ਬਾਅਦ ਜੇ ਮੈਂ ਉਹ ਚੀਜ਼ ਨੂੰ ਕਹਿ ਨਾ ਲਵਾਂ। ਮੈਨੂੰ ਇਹ ਲੱਗਦਾ ਰਹਿੰਦਾ ਵੀ ਮੈਂ ਦੋਸ਼ੀ ਹਾਂ ਫਿਰ ਸੋਸਾਇਟੀ ਦਾ ਜੇ ਮੈਂ ਉਹ ਗੱਲ ਨਹੀਂ ਕਹਿੰਦਾ ਜੀ। ਬਹੁਤ ਸਾਰੇ ਕਲਾਕਾਰ ਹੈ ਕਲਾ ਦੇ, ਜਿਵੇਂ ਆਲਰੇਡੀ ਅਸੀਂ ਦੱਸ ਚੁੱਕੇ ਹਾਂ ਵੀ ਕਲਾ ਦੀ ਬਹੁਤ ਤਰ੍ਹਾਂ ਦੀ ਕਲਾ ਹੈ ਜਿਹੜੀ ਜੀ ਜੀ ਵਰਤੀ ਜਾਂਦੀ ਹੈ, ਚਿੱਤਰੀ ਜਾਂਦੀ ਹੈ। ਸੋ ਜਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹਨਾਂ ਇਹ ਕਲਾ ਨੂੰ ਇੱਕ ਸਹਿਜੇ ਤਰੀਕੇ ਨਾਲ, ਸੁਚੱਜੇ ਤਰੀਕੇ ਨਾਲ ਇਹਦੀ ਵਰਤੋਂ ਕਰਦੇ ਹੋ, ਤਾਂ ਹੋਰ ਜਿਹੜੇ ਕਲਾਕਾਰ ਨੇ, ਹੋਰ ਜਿਹੜੀਆਂ ਕਲਾਵਾਂ ਨੇ, ਕੀ ਤੁਸੀਂ ਸਮਝਦੇ ਹੋ ਉਹਨਾਂ ਦਾ ਵੀ ਸਹੀ ਵਰਤੋਂ ਹੋ ਰਹੀ ਹੈ? ਦੇਖੋ, ਸਮੇਂ ਸਮੇਂ 'ਤੇ ਸਹੀ ਵਰਤੋਂ ਹੋਈ ਹੈ। ਫਿਲਹਾਲ ਪ੍ਰੈਜ਼ੈਂਟ ਟਾਈਮ 'ਤੇ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਕੰਮ ਕਰ ਰਹੇ ਹੈ। ਬਿਲਕੁਲ, ਪਰ ਤੁਸੀਂ ਪੁਰਾਣੇ ਸਮਿਆਂ ਤੋਂ ਲਾ ਲਓ, ਬਾਬਾ ਫਰੀਦ ਜਾਂ ਸਾਡੇ ਬਾਪੂ ਬਾਬਾ ਨਾਨਕ ਤੋਂ, ਉਹ ਜੇ ਉਹਨਾਂ ਨੇ ਉਸ ਸਮੇਂ ਦੇ ਜੇ ਬਾਬਰ ਨੂੰ ਜਾਬਰ ਕਹਿ ਸਕਦੇ ਸੀ, ਕਬੀਰ ਬਨਾਰਸ 'ਚ ਬੈਠ ਕੇ ਬਿਲਕੁਲ ਮੁੱਲਿਆਂ 'ਤੇ ਪੰਡਿਤਾਂ ਦੇ ਖਿਲਾਫ ਬੋਲ ਸਕਦੇ ਆ, ਅਤੇ ਅਸੀਂ ਉਹਦੀ ਟਰੈਵਲ ਨੂੰ ਹੁਣ ਤੱਕ ਦੇਖੀਏ ਤਾਂ ਹਮੇਸ਼ਾ ਕਲਾ ਦੀ ਵਰਤੋਂ ਹੋਈ ਹੈ, ਅਲੱਗ ਅਲੱਗ ਵਿਧਾਵਾਂ 'ਚ ਹੋਈ ਹੈ, ਹੁਣ ਵੀ ਹੋ ਰਹੀ ਹੈ, ਪਰ ਮੇਰੇ ਹਿਸਾਬ ਨਾਲ ਸਾਰੇ ਕਿਤੇ ਉਨੀ ਨਹੀਂ ਹੋ ਰਹੀ। ਕੁਛ ਕਵਿਤਾ ਲਿਖੀ ਜਾ ਰਹੀ ਹੈ ਪਰ ਬਹੁਤੀ ਨਹੀਂ ਲਿਖੀ ਜਾ ਰਹੀ। ਠੀਕ ਹੈ ਜੀ। ਅਤੇ
हाँ राजनीतिक हल्कों च हो रहा काम, पर मैनू यह लगता कि कला च प्रेजेंट डे दे विच काम उन्ना नहीं हो पा रहा जिन्ना होने की लोड़ है। तुसी पेंटिंग्स बनाईया, बहुत तरह दी पेंटिंग्स बनाईया, पंजाब तो बाहर तुहानू किस तरह का हुलारा मिलता है, क्योंकि वो लोग बहुत बिजी है, उन्हां कोले टाइम नहीं हैगा कला नू मानण वास्ते, कला नू समझण वास्ते। तुहाडे जिहड़े वख-वख देशां दे विच टूर लगे, वख-वख देशां दे विच तुसी अपनियां जिहड़ियां पेंटिंग्स लाईयां, एग्जीबिशन थोड़ियां लगे, किस तरह का हुंगारा तुहानू उत्थों मिलता है? देखो जी, हुंगारा तो बहुत वधिया मिलिया, पर उहदा इक कारण है पंजाबियों की कला प्रति समझ बहुत डिवेलप नहीं हुई हजे भी, क्योंकि साडा बॉर्डर एरिया सी पंजाब, उहदा कारण है ये कि बॉर्डर एरिया सी तां उत्थे बहुत ज़्यादा जंगा युद्धा च ही रहे हां असीं, तां आर्ट उत्थी अस्थैटिक्स आर्ट उत्थी डिवेलप हुंदा जिथे लोग लंबे समय पीस च रहन। ठीक है, साढ़े इत्थे लड़ाई च ज़्यादा रहे हैं। बिल्कुल, तां साढ़े पर एक गल है भी कुछ क आर्टिस्ट ही होए पर बहुत सॉलिड होए, अमृता शेरगिल अर्गे जां सोन कादरी अर्गे जां मनमोहन भावे अर्गे जां सतीश गुजराल, ये सिद्धार्थ, ये आर्टिस्ट वो है जिहड़े कि बहुत स्ट्रोंग आर्टिस्ट होए आ, पर बहुत थोड़ी गिनती है। हुण मैं जदों बाहर जाना उत्थे मैनू इस करके पसंद किया जाता ज़्यादा जिहड़ी सच्चाई वाली गल है। कैनेडा मैं गया, आस्ट्रेलिया गया, अमेरिका भी गया, कैनेडा ते आस्ट्रेलिया मेरे प्योरली आर्ट दी टूर सी कि मैं पोलीटिकली रेलेवेंट आर्ट करदा। ओके, मैनू इस करके ज़्यादा पसंद किया जाता कि मैं बेबाकी नाल आपदी गल कहना। तो जे मैं कल्ला मॉडर्न आर्ट कर रहा हुंदा तां शायद उत्थे दीआं होर गैलरियां च तां पसंद किया जाता, पर जिहड़ी पंजाबी कम्यूनिटी है वह शायद इन्ना हुंगारा ना दिंदी। यूथ की गल करिए, जे अज आपां यूथ बारे जे गल करिए, यूथ जिहड़ा पूरी तरह नाल होया सोशल मीडिया ते एक तरह का उलझा होया आप कह सकते हैं, क्योंकि उन्होंने बेसिक जिहड़े कंसैप्ट आ क्लीयर नहीं हुंदे, तो सिर्फ सोशल मीडिया ते इन्हां चीज़ां नूं एक हवा बनाई जाती है। यूथ वल्लों तुहाडे जिहड़े फाइन आर्ट नूं है, तुहाडियां पेंटिंग्स नूं है, किन्ना पसंद किया जाता, की सोचदे? बिल्कुल जी, यूथ है जिहड़ा असल च तां उही किसी भी चीज़ नूं चक रहेगा। सोशल मीडिया नूं पॉजिटिवली भी वरत्या जा सकदा, नैगेटिवली भी वरत्या जा सकदा। मैं अपनी काफ़ी पढ़ाई नैट तो की है, जिदे ते मैं इंटरनेट तो पढ़िया बहुत सारा कुछ, उहदे चों बहुत सारा मटीरियल मैनूं इंटरनेट ने प्रोवाइड कराया, तां यूट्यूब ते बहुत सारे लैक्चर पे जिन्हां नूं देख के कोई वधिया सुचज्जी वरतों कर सकदा है ना, पर नैगेटिवली ज़्यादा वरत्या जा रहा सोशल मीडिया नूं। जे मेरी पेंटिंग्स की गल करूँ तां सोशल मीडिया ने मैनू बहुत वड्डा प्लेटफॉर्म दिता। बिल्कुल, पहला मैं आर्ट गैलरी च लाऊंगा प्रदर्शनी दिल्ली, उत्थे लाऊंगा लख रुपया प्रदर्शनी का दूंगा आर्ट गैलरी वालों, लख रुपया मैं किसी कंपनी नूं दूंगा जिहड़े चार पत्रकारों नूं सद्दनगे, तां किसी मैं आर्ट क्रिटिक नूं दूंगा 50,000 वी आ के मेरे बारे बोल, इस तरह करके दिल्ली शो हुंदे आ, फिर तुहाडी जाके पेंटिंग कुछ हज़ार बंदियां तक पहुँचती है। मेरे लिए तो सोशल मीडिया बहुत पॉजिटिव है, मैं उत्थे एक पेंटिंग लाउणा है शाम नूं 2 लाख बंदा देख लैंदा उहनूं। अच्छा, एक होर जिहड़ियां थोड़ियां कुछ पेंटिंग्स है जिहड़ियां सोशल मीडिया ते बहुत ज़्यादा पसंद कीतीआं हन, जिस तरह तुसीं पहलां गल कीती है कि पोलिटिकल सिस्टम नूं कटास करदीआं कुछ पेंटिंग्स, हाँ जी, उहनां पेंटिंग्स बारे सानूं दस्सो। असल 'च ये सिलसिला 2015 'च शुरू होया जी, मैं एक TV दी इंटरव्यू दौरान ही एक लाइव पेंटिंग कीती सी, पंजाब ਨੂੰ ਬਣਾਇਆ ਸੀ ਉਸ। ਠੀਕ ਹੈ, ਉਸ ਤੋਂ ਪਹਿਲਾਂ ਵੀ ਮੈਂ ਕੀਤਾ ਸੀ ਕੰਮ, ਪਰ ਇਸ ਤਰ੍ਹਾਂ ਇੱਕ ਵੈੱਲ ਅਵੇਅਰ ਤਰੀਕੇ ਨਾਲ ਨਹੀਂ ਸੀ ਕੀਤਾ। ਉਸ 'ਚ ਫਿਰ ਗੁਰੂ ਗ੍ਰੰਥ ਸਾਹਿਬ ਦੇ ਜੋ ਪੰਨਿਆਂ ਦਾ ਅਪਮਾਨ ਹੋ ਰਿਹਾ ਸੀ, ਜੋ ਕਿਸਾਨ ਖੁਦਕੁਸ਼ੀਆਂ ਸੀ, ਉਹ ਮੈਂ ਉਹਦਾ ਕੰਬੀਨੇਸ਼ਨ ਕੀ ਹੈ, ਇੱਕ ਦੂਜੇ ਨਾਲ ਕਿਵੇਂ ਕੋਰਿਲੇਟਡ ਹੈ, ਉਹ ਬਣਾਉਣ ਦੀ ਕੋਸ਼ਿਸ਼ ਕੀਤੀ। ਬਿਲਕੁਲ, ਪਰ ਮੈਨੂੰ ਲੱਗਿਆ ਵੀ ਨਹੀਂ ਇੱਦਾਂ ਵਧੀਆ ਕਹੀ ਜਾ ਸਕਦੀ ਹੈ ਗੱਲ, ਕਿਉਂਕਿ ਮੈਂ ਪਹਿਲਾਂ ਪੋਲੀਟੀਕਲੀ ਵੀ ਐਕਟਿਵ ਸੀਗਾ, ਤਾਂ ਮੈਨੂੰ ਇਹ ਲੱਗਿਆ ਕਿ ਉਹਦੇ ਨਾਲੋਂ ਵੀ ਮੈਂ ਵਧੀਆ ਇੱਥੇ ਗੱਲ ਕਹਿ ਸਕਦਾ ਇਸ ਪੱਧਰ 'ਤੇ ਕਹਿ ਸਕਦਾ। ਬਿਲਕੁਲ ਜੀ, ਬਿਲਕੁਲ। ਤਾਂ ਮੈਂ 2015 'ਚ ਇੱਕ ਪੇਂਟਿੰਗ ਬਣਾਈ ਸੀ ਜਿਹਦੇ 'ਚ ਇੱਕ ਲੀਡਰ ਹੈ, ਦੋਨੇ ਹੱਥ ਚੱਕੀ ਖੜ੍ਹਾ, ਉਹਦੇ ਮਗਰ ਕਿਸਾਨ ਦੀ ਲਾਸ਼ ਪਈ ਹੈ। ਉਹ ਪਿਓਰਲੀ ਸੱਚ 'ਤੇ ਆਧਾਰਿਤ ਸੀ ਪੇਂਟਿੰਗ, ਬਠਿੰਡੇ ਹੀ ਰੈਲੀ ਕੀਤੀ ਗਈ ਸੀ ਇੱਕ ਬਹੁਤ ਵੱਡੀ, ਠੀਕ ਹੈ, ਉਸ ਸਮੇਂ ਦੀ ਸਰਕਾਰ ਨੇ ਰੈਲੀ ਕੀਤੀ ਹੈ ਨਾ ਸਦਭਾਵਨਾ ਰੈਲੀ ਦੇ ਨਾਮ 'ਤੇ। ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਪੰਜਾਬ ਜਿਹਨੂੰ ਇੰਨਾ ਗਲੋਰੀਫਾਈ ਕਰਦੇ ਆ, ਉਸ 'ਚ ਡੇਲੀ 3 ਕਿਸਾਨ ਖੁਦਕੁਸ਼ੀ ਕਰ ਰਹੇ ਹੋਣ, ਲੱਖ ਲਾਂਤ ਇਹੋ ਜਿਹੀ ਸਰਕਾਰ 'ਤੇ। ਅਸੀਂ ਗੱਲ ਕਰਦੇ ਹਾਂ ਧਾਰਮਿਕ ਸਥਾਨਾਂ 'ਤੇ ਸੋਨਾ ਚੜ੍ਹਾਉਣ ਦੀ, ਅਤੇ ਸਾਡੇ ਕਿਸਾਨ ਭੁੱਖ ਨਾਲ ਮਰ ਰਹੇ ਹੋਣ, ਸ਼ਰਮ ਦੀ ਗੱਲ ਹੈ। ਫਿਰ ਉਹਨਾਂ ਜਿਹੜੇ ਕਿਸਾਨ ਧਰਨਾ ਲਾਉਂਦੇ ਆ, ਬਠਿੰਡੇ ਬਹੁਤ ਵੱਡਾ ਧਰਨਾ ਲੱਗਿਆ,
ਤੇ ਉਸ ਧਰਨੇ ਨੂੰ ਤਾਰ ਪੀੜੋ ਕਰਨ ਲਈ ਲਾਓ ਵੀ ਇੱਕੋ ਦਮ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦਾ ਅਪਮਾਨ ਉਦੋਂ ਨਹੀਂ ਹੋਇਆ ਜਦੋਂ ਸਿਰੇ ਦਾ ਇੱਥੇ ਜਿਹਨੂੰ ਕਹਿ ਲਓ ਵੀ ਪ੍ਰੋਬਲਮ ਚੱਲ ਰਹੀ ਸੀ 1984 ਤੋਂ ਲੈ ਕੇ 1995 ਤੱਕ ਉਹ ਸਟਰਗਲ ਸਿੱਖ ਸਟਰਗਲ ਦਾ ਦੌਰ ਹੈ ਉਦੋਂ ਨਹੀਂ ਅਪਮਾਨ ਹੁੰਦਾ ਜੇ ਨਿਰੰਕਾਰੀ ਨਿਰੰਕਾਰੀਆਂ ਨਾਲ ਕੋਈ ਪੰਗਾ ਪੈਂਦਾ ਉਦੋਂ ਨਹੀਂ ਅਪਮਾਨ ਹੁੰਦਾ ਇਹ ਅਚਾਨਕ ਹੀ ਕਿਸਾਨ ਬਹੁਤ ਆਪਣੀ ਧਰਨੇ ਦੇ ਵਿੱਚ ਆਪਣੇ ਅੰਦੋਲਨ ਦੇ ਵਿੱਚ ਬਹੁਤ ਸਿਖਰ ਵੱਲ ਚਲੇ ਜਾਂਦੇ ਆ ਇੱਕ ਵਾਰੀ ਸਰਕਾਰ ਹਿੱਲ ਜਾਂਦੀ ਹੈ ਅਚਾਨਕ ਇੰਸੀਡੈਂਟ ਹੋ ਜਾਂਦਾ ਇੰਸੀਡੈਂਸ ਹੋ ਜਾਂਦਾ ਔਰ ਮਤਲਬ ਇਹ ਸਿੱਧਾ ਕੋਰਿਲੇਟਡ ਸੀਗਾ ਅਤੇ ਉਹ ਲੋਕ ਤਾਂ ਵੀ ਨਹੀਂ ਭੜਕੇ ਆਪਸ 'ਚ ਮੈਂ ਦਾਤ ਦਿੰਦਾ ਪੰਜਾਬ ਦੇ ਲੋਕਾਂ ਨੂੰ ਹਿੰਦੂ ਸਿੱਖਾਂ ਨੂੰ ਦੋਨਾਂ ਨੂੰ ਕੋਈ ਡੇਰੇ ਵਾਲਿਆਂ ਨਾਲ ਨਹੀਂ ਲੜਿਆ ਕੋਈ ਆਪਸ 'ਚ ਨਹੀਂ ਲੜੇ ਦੋਨੋਂ ਅਤੇ ਬੜੀ ਸਦਭਾਵਨਾ ਰਹੀ ਐਕਚੁਅਲ 'ਚ ਸਦਭਾਵਨਾ ਤਾਂ ਆਲਰੇਡੀ ਸੀਗੀ ਨਹੀਂ ਤਾਂ ਮੈਂ ਇਹ ਦੇਖਿਆ ਉਸ ਦੌਰ 'ਚ ਵੀ ਮੈਂ ਭਗਤੇ ਮੇਰਾ ਦੋਸਤ ਆ ਉਹ ਵੀ ਜਾ ਰਿਹਾ ਸੀ ਰਾਤ ਨੂੰ ਤਾਂ ਨੰਗੀਆਂ ਕਿਰਪਾਨਾਂ ਤਿੰਨ ਚਾਰ ਮੁੰਡੇ ਲੈ ਕੇ ਦੇਖੋ ਮੋਨੇ ਮੁੰਡੇ ਆ ਅਤੇ ਉਹਨਾਂ ਨੇ ਸਿਰ 'ਤੇ ਬਸ ਉਹੀ ਸੰਤਰੀ ਕੱਪੜਾ ਜਿਹਾ ਲਪੇਟ ਕੇ ਅਤੇ ਲੋਕਾਂ ਨੂੰ ਲਲਕਾਰੇ ਮਾਰਦੇ ਬਾਜ਼ਾਰ 'ਚੋਂ ਲੰਘ ਰਹੇ ਉਹਨੇ ਆਈਡੈਂਟੀਫਾਈ ਕਰ ਲਏ ਕਿ ਇਹਨਾਂ ਦਾ ਐਕਚੁਅਲ ਦੇ ਵਿੱਚ ਤਾਂ ਕੋਈ ਸੰਬੰਧ ਹੀ ਨਹੀਂ ਕਿਸੇ ਵੀ ਸਿੱਖ ਸੁਸਾਇਟੀ ਨਾਲ ਜਾਂ ਹਿੰਦੂ ਸੁਸਾਇਟੀ ਨਾਲ ਉਹ ਬਸ ਮੁੰਡੇ ਕਿਸੇ ਸੋ ਕਾਲਡ ਸਟੂਡੈਂਟ ਯੂਨੀਅਨ ਦੇ ਲੀਡਰ ਸੀਗੇ ਲੀਡਰ ਵੀ ਕਾਹਦੇ ਸੀ ਮਤਲਬ ਵਰਕਰ ਸੀਗੇ ਠੀਕ ਹੈ ਤੁਸੀਂ ਜਾਣਦੇ ਹੋ ਕਿਹੜੀ ਸਟੂਡੈਂਟ ਲੀਡਰ ਯੂਨੀਅਨ ਗੁੰਡਾ ਪ੍ਰੋਡਿਊਸ ਕਰਦੀ ਰਹੀ ਹੈ ਇੱਥੇ ਅਤੇ ਉਹ ਨਾਰੇ ਚਾਰ ਨਾ ਕੇ ਲੰਘ ਗਏ ਇਹ ਇੱਦਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਲੋਕ ਲੜੇ ਨਹੀਂ ਤਾਂ ਇਹਨਾਂ ਨੇ ਆਪਦੀ ਸਿਰਫ ਦਹਿਸ਼ਤ ਕਾਇਮ ਕਰਨ ਲਈ ਰੈਲੀਆਂ ਦਿਖਾਤੀਆਂ ਵੱਡੀਆਂ ਤੁਸੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਪੇਂਟਿੰਗ ਇਸ ਤਰ੍ਹਾਂ ਦੀਆਂ ਬਣਾਈਆਂ ਜਿਵੇਂ ਕਿ ਤੁਸੀਂ ਆ ਦੋ ਪੇਂਟਿੰਗਸ ਦੀ ਗੱਲ ਕਰ ਚੁੱਕੇ ਹੋ ਹੋਰ ਵੀ ਨੈਸ਼ਨਲ ਪੱਧਰ ਤੱਕ ਜਿਹੜੀਆਂ ਤੁਹਾਡੀਆਂ ਪੇਂਟਿੰਗਸ ਗਈਆਂ ਇੰਟਰਨੈਸ਼ਨਲ ਲੈਵਲ ਤੱਕ ਜਿਹੜੀਆਂ ਪਸੰਦ ਕੀਤੀਆਂ ਗਈਆਂ ਉਹਨਾਂ ਪੇਂਟਿੰਗਸ ਬਾਰੇ ਵੀ ਦੱਸੋ ਪਹਿਲਾਂ ਤਾਂ ਪੋਲੀਟੀਕਲ ਰੈਲੀਵੈਂਟ ਜਿਵੇਂ ਇਹ ਪਹਿਲੀ ਪੇਂਟਿੰਗ ਦੀ ਆਪਾਂ ਗੱਲ ਕਰ ਰਹੇ ਸੀ ਵੀ ਇਹਦੇ 'ਚ ਉਹ ਪਤਾ ਲੱਗ ਗਿਆ ਸਾਰਿਆਂ ਨੂੰ ਲੀਡਰਾਂ ਪਸੰਦ ਕੀਤੀ ਗਈ ਔਰ ਇੰਨੀ ਪਸੰਦ ਕੀਤੀ ਗਈ ਕਿ ਕਿੱਧਰੇ ਤਾਂ ਕੈਨੇਡਾ ਦੇ ਵਿੱਚ ਕਿਸੇ ਫੰਕਸ਼ਨ ਦੇ ਪਿੱਛੇ ਮੈਂ ਲੱਗੀ ਦੇਖੀ ਲੋਕ ਹੀ ਭੇਜਦੇ ਸੀ ਮੈਨੂੰ ਤਾਂ ਫੋਟੋ ਵੀ ਆ ਤੁਹਾਡੀ ਪੇਂਟਿੰਗ ਵਰਤੀ ਗਈ ਹੈ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਕਈ ਨੇ ਮੇਰੇ ਦੋਸਤਾਂ ਨੇ ਵੀ ਕਿਹਾ ਵੀ ਇਹ ਪੇਂਟਿੰਗ ਤੁਹਾਡੀ ਵਰਤ ਲਈ ਅਤੇ ਬਿਨਾਂ ਤੁਹਾਨੂੰ ਪੁੱਛੇ ਮੈਂ ਕਿਹਾ ਯਾਰ ਲੋਕਾਂ ਦੀ ਪੇਂਟਿੰਗਾਂ ਤਾਂ ਵਰਤ ਲੈਣਗੇ ਕੋਈ ਗੱਲ ਨਹੀਂ ਅਤੇ ਉੱਧਰੋਂ ਕਿਸਾਨ ਰੈਲੀਆਂ ਹੁੰਦੀਆਂ ਤਾਂ ਬੱਸਾਂ ਦੇ ਮਗਰ ਉਹਦੇ ਬੈਨਰ ਕੱਢ ਕੇ ਲੱਗੇ ਹੁੰਦੇ ਸੀ ਪੇਂਟਿੰਗ ਦੇ ਫਿਰ ਐਂ ਜਿਹੜੀ ਪ੍ਰੈਜ਼ੈਂਟ ਆ ਜਿਹੜੀ ਗੌਰਮੈਂਟ ਹੈ ਨੈਸ਼ਨਲ ਸੈਂਟਰ ਗੌਰਮੈਂਟ ਆ ਉਹਦੇ ਵੀ ਜਿਹੜੀਆਂ ਕਈ ਸਾਰੀਆਂ ਨੀਤੀਆਂ ਤੁਹਾਨੂੰ ਪਤਾ ਵੀ ਕਿੱਦਾਂ ਦੀਆਂ ਚੱਲ ਰਹੀਆਂ ਭਾਵੇਂ ਉਹ ਧਰਮ ਨੂੰ ਲੈ ਕੇ ਹੋਵੇ ਭਾਸ਼ਾ ਨੂੰ ਲੈ ਕੇ ਹੋਵੇ ਗਊ ਰੱਖਿਆ ਨੂੰ ਲੈ ਕੇ ਹੋਵੇ ਹੁਣ ਇਹ ਸਾਰੀਆਂ ਦਾ ਵੀ ਵਿਰੋਧ ਕਰਨਾ ਸਾਡਾ ਬਣਦਾ ਜੇ ਅਸੀਂ ਇੱਕ ਜਿਉਂਦੇ ਇਨਸਾਨ ਹੈ ਤਾਂ ਸਾਨੂੰ ਸਿਰਫ ਇਹ ਨਹੀਂ ਕਿ ਇਸੇ ਸਰਕਾਰ ਦੀ ਕੋਈ ਵੀ ਸਰਕਾਰ ਆਉਂਦੀ ਹੈ ਜੇ ਉਹ ਕਿਤੇ ਗਲਤ ਹੁੰਦੀ ਹੈ ਤਾਂ ਤੁਸੀਂ ਉਹਨੂੰ ਗਲਤ ਨਹੀਂ ਕਹਿ ਸਕਦੇ ਤਾਂ ਤੁਸੀਂ ਦੇਸ਼ ਧਰੋਹੀ ਹੋ ਬਿਲਕੁਲ ਤਾਂ ਉਹ ਪੇਂਟਿੰਗਸ ਵੀ ਬਣਾਈਆਂ ਮੈਂ ਕੁਛ ਉਹਨਾਂ ਦਾ ਵੀ ਕਾਫੀ ਵੈਲਕਮ ਕੀਤਾ ਗਿਆ ਇਸ ਤੋਂ ਬਿਨਾਂ ਕੁਛ ਸਿੱਖ ਇਤਿਹਾਸ ਨੂੰ ਲੈ ਕੇ ਚਿੱਤਰ ਬਣਾ ਰਿਹਾ ਮੈਂ ਜਿਹਦੇ 'ਚੋਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਚਿੱਤਰ ਹੈ ਕੁਛ ਉਦੋਂ ਪਹਿਲਾਂ ਦੇ ਆ ਪਲੈਨਿੰਗ ਤਾਂ ਬਹੁਤ ਵੱਡੀ ਹੈ ਕਿ ਪੂਰੇ ਦਾ ਪੂਰਾ ਪੰਜਾਬ ਦਾ ਇਤਿਹਾਸ ਹੀ ਬਣਾਈਏ ਬਿਲਕੁਲ ਖਾਸ ਤੌਰ 'ਤੇ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਫਿਰ ਸਿੱਖ ਕਾਲ ਤੱਕ ਅਤੇ ਸਿੱਖ ਕਾਲ ਮਤਲਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਤੇ ਫਿਰ ਸਿੱਖ ਸੰਘਰਸ਼ ਦੇ ਦੌਰ ਤੱਕ ਵੀ ਇਹ ਸਾਰੀਆਂ ਪੇਂਟਿੰਗਸ ਵੀ ਬਣਾਵਾਂਗੇ ਅਸੀਂ ਦੁਆ ਕਰਦੇ ਹਾਂ ਤੁਹਾਡੇ ਜਿਹੜਾ ਇਹ ਖਾਬ ਹੈ ਜਲਦੀ ਹੀ ਪੂਰਾ ਹੋਵੇ ਅਸੀਂ ਪੇਂਟਿੰਗ ਦੇਖ ਰਹੇ ਹਾਂ ਤੁਹਾਡੇ ਸਾਹਮਣੇ ਸਾਡੇ ਸਾਹਮਣੇ ਇੱਕ ਅਨਕੰਪਲੀਟ ਪੇਂਟਿੰਗ ਪਈ ਆ ਇਹਦੇ ਬਾਰੇ ਵੀ ਸਾਨੂੰ ਕੁਛ ਦੱਸੋ ਵੀ ਇਹਦੇ 'ਚ ਕੀ ਕਹਿਣ ਦੀ ਤੁਸੀਂ ਜਿਹੜੀ ਕੋਸ਼ਿਸ਼ ਹੈ ਇਹਦੇ ਵਿੱਚ ਇਹਦੇ ਰਾਹੀਂ ਕਰ ਰਹੇ ਹਾਂ ਇਹ ਅਸਲ 'ਚ ਪੇਂਟਿੰਗ ਇੱਕ ਸੀਰੀਜ਼ ਦਾ ਹਿੱਸਾ ਹੈ ਇਹ ਕੁਛ ਪੇਂਟਿੰਗਸ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਲਈ ਕਰ ਰਿਹਾ ਠੀਕ ਹੈ ਖਾਲਸਾ ਕਾਲਜ ਅੰਮ੍ਰਿਤਸਰ ਵਾਲਿਆਂ ਨੇ ਕੁਛ ਪੇਂਟਿੰਗਸ ਬਣਵਾਈਆਂ ਮੇਰੇ ਤੋਂ ਉਹ 550 ਸਾਲਾ ਗੁਰੂ ਨਾਨਕ ਗੁਰਪੁਰਬ ਨੂੰ ਸਮਰਪਿਤ ਇੱਕ ਠੀਕ ਹੈ ਬੁੱਕਲੈਟ ਲਾਂਚ ਕਰਨ ਜਾ ਰਹੇ ਐਲਬਮ ਹੀ ਹੋਊਗੀ ਇਹ ਉਹਦੇ ਵਿੱਚ 15 ਪੇਂਟਿੰਗਸ ਮੇਰੀਆਂ ਗੀਆਂ ਓਕੇ ਉਹ ਗੁਰੂ ਨਾਨਕ ਸਾਹਿਬ ਦੇ ਜ਼ਿੰਦਗੀ ਦੇ ਅਲੱਗ ਅਲੱਗ ਹਿੱਸਿਆਂ ਨੂੰ ਸਮਰਪਿਤ ਹੈ ਇਹ ਉਹਦੇ 'ਚੋਂ ਇੱਕ ਹਿੱਸਾ ਜਦੋਂ ਇਹ ਗੁਰੂ ਸਾਹਿਬ ਇੱਥੇ ਬਨਾਰਸ ਦੇ ਵਿੱਚ ਇੱਕ ਠੱਗ ਸਾਧ ਸੀ ਓਕੇ ਉਹ ਲੋਕਾਂ ਨੂੰ ਚਮਤਕਾਰ ਕਰਕੇ ਦਿਖਾਉਂਦਾ ਸੀ ਠੀਕ ਹੈ ਅਤੇ ਗੁਰੂ ਸਾਹਿਬ ਨੇ ਉਹਦੇ ਅੱਗੇ ਪਿਆ ਗੜਬਾਈ ਚੱਕ ਕੇ ਲਕੋਤਾ ਜਦੋਂ ਉਹਨੇ ਅੱਖਾਂ ਮੀਚੀਆਂ ਅਤੇ ਉਹਨੂੰ ਆਪਣਾ ਗੜਬਾਈ ਨਹੀਂ ਪਤਾ ਲੱਗਿਆ ਵੀ ਕਿੱਧਰ ਗਿਆ ਅਤੇ ਗੁਰੂ ਸਾਹਿਬ ਨੇ ਫਿਰ ਦੱਸਿਆ ਲੋਕਾਂ ਨੂੰ ਕਹਿੰਦੇ ਯਾਰ ਜਿਹਨੂੰ ਆਪਦੇ ਗੜਬੇ ਦਾ ਨਹੀਂ ਪਤਾ ਲੱਗ ਰਿਹਾ ਉਹ ਤੁਹਾਨੂੰ ਚਮਤਕਾਰ ਕਰਕੇ ਦਿਖਾ ਰਿਹਾ ਤਾਂ ਜਿੱਥੇ ਵੀ ਗਏ ਗੁਰੂ ਸਾਹਿਬ ਉਹਨਾਂ ਨੇ ਮੈਂ ਪਰ ਇਹਨਾਂ ਪੇਂਟਿੰਗਸ ਦੀ ਖਾਸੀਅਤ ਇਹ ਹੈ ਕਿ ਜਿਹੜੀਆਂ 15 ਬਣਾਈਆਂ ਪੇਂਟਿੰਗਸ ਮੈਂ ਪਾਊਂਗਾ ਨੈੱਟ 'ਤੇ ਵੀ ਇੱਕ ਇੱਕ ਕਰਕੇ ਉਸ 'ਚ ਉਹ ਹਿਸਟੋਰੀਕਲੀ ਵੀ ਰੈਲੇਵੈਂਟ ਪੇਂਟਿੰਗਸ ਹੈ
ਜੇ ਮੈਨੂੰ ਉਹਨਾਂ ਨੇ ਕਥਾ ਸੀਗੀ ਸ਼੍ਰੀਲੰਕਾ ਜਾਣ ਦੀ ਕਿ ਗੁਰੂ ਸਾਹਿਬ ਸ਼੍ਰੀਲੰਕਾ ਗਏ, ਉਸ ਸ਼੍ਰੀਲੰਕਾ ਵਾਲੀ ਪੇਂਟਿੰਗ ਦੇ ਵਿੱਚ ਸੀਗਾ ਕਿ ਰਾਜਾ ਸ਼ਿਵਨਾਭ ਨੂੰ ਮਿਲੇ। ਹੁਣ ਮੈਂ ਰਿਸਰਚ ਕਰਨ ਲੱਗਾ ਕਿ ਰਾਜਾ ਸ਼ਿਵਨਾਭ ਕੌਣ ਸੀ, ਤਾਂ ਜਦੋਂ ਮੈਂ ਸ਼੍ਰੀਲੰਕਾ ਦੀਆਂ ਬੁੱਕਸ ਚੱਕੀਆਂ ਤਾਂ ਮੈਨੂੰ ਸ਼ਿਵਨਾਭ ਨਹੀਂ ਲੱਭਿਆ। ਅਸਲ 'ਚ ਉੱਥੇ ਰਾਜਾ ਪਰਾਕਰਮ ਬਾਹੂ ਨੌਵਾਂ ਸੀ ਉਸ ਪੀਰੀਅਡ ਦੇ ਵਿੱਚ, ਉਹ ਹਰੇਕ ਰਾਜੇ ਦੇ ਅਲੱਗ ਅਲੱਗ ਭਾਸ਼ਾ 'ਚ ਅਲੱਗ ਅਲੱਗ ਨਾਮ ਰਹੇ ਆ, ਤਾਂ ਸ਼ਿਵਨਾਭ ਉਹੀ ਰਾਜਾ ਹੋਣਾ ਜੀ। ਤਾਂ ਮੈਂ ਪਰਾਕਰਮ ਬਾਹੂ ਦੀ ਇਮੇਜ ਲਈ ਉਹ ਬਣਾਈ ਆ ਉਹਦੇ 'ਚ, ਜਿਹੜੇ ਉਹਦੇ ਸਿੱਕੇ ਚੱਲਦੇ ਸੀ ਉਸ ਟਾਈਮ ਦੇ ਸਿੱਕੇ ਲੱਭੇ ਉਹੀ ਪੇਂਟ ਕੀਤੇ ਆ। ਜੇ ਗੁਰੂ ਸਾਹਿਬ ਕਾਮਰੂਪ ਗਏ ਤਾਂ ਕਾਮਰੂਪ 'ਚ ਔਰਤਾਂ ਦੀ ਕੀ ਡਰੈਸ ਸੀਗੀ ਇਹ ਸਟੱਡੀ ਕਰਕੇ ਉਸ ਟਾਈਮ ਉਹ ਬਣਾਈ, ਲੈਂਡਸਕੇਪ ਉੱਥੇ ਕਿੱਦਾਂ ਦਾ ਸੀ ਉਹ ਸਟੱਡੀ ਕਰਕੇ ਬਣ ਰਹੀ ਹੈ। ਤੁਹਾਡੀ ਗੱਲਬਾਤ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਇਨ ਕਲੀ ਪੇਂਟਿੰਗਸ ਨੂੰ ਬਣਾਉਣ ਦੇ ਵਿੱਚ ਹੀ ਨਹੀਂ, ਜਗੋਂ ਇਤਿਹਾਸ ਦੇ ਇੱਕ ਖੋਜੀ ਦੇ ਤੌਰ 'ਤੇ ਵੀ ਕੰਮ ਕਰ ਰਹੇ ਹੋ, ਕਿਉਂਕਿ ਪੂਰੀ ਤਰ੍ਹਾਂ ਨਾਲ ਜਾਣਕਾਰੀ ਲੈਣ ਤੋਂ ਬਾਅਦ ਹੀ ਉਹਨੂੰ ਕੈਨਵਸ 'ਤੇ ਉੱਤੇ ਉਤਾਰਿਆ ਜਾਂਦਾ ਹੈ। ਇਸੇ ਤਰ੍ਹਾਂ ਨਾਲ ਜੇ ਆਪਾਂ ਅੱਜ ਕੱਲ੍ਹ ਦੇ ਦੌਰ ਦੀ ਗੱਲ ਕਰੀਏ ਤਾਂ ਜਿਹੜੀ ਕਲਾ ਜਿਹੜੀ ਚੱਲ ਰਿਹਾ ਦੌਰ ਹੈ ਇਹਦੇ ਵਿੱਚ ਜਿਹੜੀ ਕਲਾ ਹੈ, ਕਲਾ ਨੂੰ ਮਤਲਬ ਬਹੁਤ ਨੈਗਟਿਵ ਤਰੀਕੇ ਨਾਲ ਲਿਆ ਜਾਂਦਾ। ਜਿਵੇਂ ਆਪਾਂ ਗਾਇਕੀ ਦੀ ਗੱਲ ਕਰੀਏ, ਬਹੁਤ ਨੈਗਟਿਵ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਜਾਂਦਾ। ਇਸ ਚੀਜ਼ ਬਾਰੇ ਤੁਸੀਂ ਆਪਣੇ ਵਿਚਾਰ ਦੱਸੋ, ਕਿਉਂਕਿ ਤੁਸੀਂ ਵੀ ਖੁਦ ਇੱਕ ਕਲਾਕਾਰ ਹੋ, ਉਸੇ ਤਰ੍ਹਾਂ ਨਹੀਂ ਆਪਦੀ ਕਲਾ ਦਾ ਪ੍ਰਦਰਸ਼ਨ ਤੁਸੀਂ ਕੈਨਵਸ 'ਤੇ ਕਰਦੇ ਹੋ, ਸਟੇਜ 'ਤੇ ਕਰਦੇ ਨੇ, ਉਹਨਾਂ ਬਾਰੇ ਤੁਸੀਂ। ਬਿਲਕੁਲ, ਇਹ ਦੌਰ ਹੀ ਇਹ ਚੱਲ ਰਿਹਾ ਅੱਜ ਕੱਲ੍ਹ। ਇੱਕ ਸੋਸ਼ਲ ਮੀਡੀਆ 'ਤੇ ਬੜਾ ਮਜ਼ਾਹੀਆ ਇੱਕ ਫਿਕਰਾ ਚੱਲ ਰਿਹਾ ਕਿ ਉੜਦੇ ਤੀਰ ਫੜਨਾ, ਵੀ ਜਿਹੜਾ ਵੀ ਵੱਡੇ ਸਿੰਗਰਾਂ ਤੋਂ ਲੈ ਕੇ ਛੋਟਿਆਂ ਤੱਕ ਵੀ ਉੜਦਾ ਤੀਰ ਫੜ ਰਹੇ, ਵੀ ਆਪਦੇ ਆਪੇ ਮਰਵਾ ਰਹੇ ਆ, ਠੀਕ ਹੈ, ਸਾਨਾ ਨਾਲ ਜਾ ਕੇ ਸਿੱਧੇ ਪੰਗੇ ਲੈ ਰਹੇ ਆ ਜੀ। ਐਕਚੁਅਲ ਦੇ ਵਿੱਚ ਮੈਂ ਬਹੁਤ ਦੇਰ ਤੋਂ, ਜਿਵੇਂ ਮੇਰਾ ਬੇਟਾ ਬੜੀ ਟੀਨੇਜ 'ਚ ਹੈ, ਉਹ ਵੀ ਪ੍ਰਭਾਵਿਤ ਹੋ ਜਾਂਦਾ ਸਿੰਗਰਾਂ ਤੋਂ, ਬਿਲਕੁਲ ਜੀ, ਤਾਂ ਮੈਂ ਉਹਨੂੰ ਸਮਝਾਉਣਾ ਵੀ ਗਾਉਣਾ ਗਲਤ ਗੱਲ ਨਹੀਂ ਹੈਗੀ, ਗਲਤ ਗਾਉਣਾ ਗਲਤ ਗੱਲ ਹੈ, ਸੁਚੱਜਾ ਗਾਉਣਾ ਚਾਹੀਦਾ, ਸਾਰਥਕ ਗਾਉਣਾ, ਸ਼ਬਦਾਵਲੀ ਜਿਹੜੀ ਸਾਰਥਕ ਹੋਣੀ ਚਾਹੀਦੀ। ਬਹੁਤ ਸਾਰੇ ਸਾਡੇ ਗਾਇਕ ਵੀਰ ਹੈ, ਮੈਨੂੰ ਉਹਨਾਂ ਦੇ ਗਾਉਣ ਨਾਲ ਕੋਈ ਸਮੱਸਿਆ ਨਹੀਂ, ਉਹ ਜਦੋਂ ਇਹ ਗਾਉਂਦੇ ਆ ਕਿ ਮੈਂ ਬੰਦਾ ਮਾਰ ਕੇ ਫਿਰ ਕਸੂਰ ਪੁੱਛਦੇ ਆ ਸਾਡੇ ਪਿੰਡ, ਉਹਨਾਂ ਦੇ ਪਿੰਡ ਦਾ ਰਿਕਾਰਡ ਕਢਾ ਕੇ ਦੇਖੋ ਵੀ ਉਹਨਾਂ ਦੇ ਪਿੰਡ ਕਿੰਨੇ ਬੰਦੇ ਮਾਰੇ ਗਏ। ਜੇ ਕੋਈ ਸਿੰਗਰ ਇੱਥੇ ਕਹਿੰਦਾ ਵੀ ਮੈਂ 4 ਬੋਤਲਾਂ ਰੋਜ਼ ਵੋਦਕਾ ਦੀਆਂ ਪੀਂਦਾ, ਉਹਨੂੰ ਇਹ ਸਮਝਾਓ ਕਿ ਉਹਨੂੰ ਫੜ ਕੇ ਉਹਦੇ ਜ਼ਬਰਦਸਤੀ ਮੂੰਹ 'ਚ 4 ਬੋਤਲਾਂ ਦੀਆਂ ਵੋਦਕਾ ਦੀਆਂ ਪਾ ਦਿਉ, ਫਿਰ ਦੇਖੋ ਜਿਉਂਦਾ ਬਚਦਾ ਜਾਂ ਨਹੀਂ। ਬਿਲਕੁਲ, ਉਹ ਨਵੀਂ ਯੂਥ ਨੂੰ ਮਿਸਗਾਈਡ ਕੀਤਾ ਜਾ ਰਿਹਾ ਬੁਰੀ ਤਰ੍ਹਾਂ। ਉਹਨਾਂ ਨੂੰ ਪਤਾ, ਇਹ ਤਰਕ ਇਹ ਦਿੰਦੇ ਆ ਸਿੰਗਰ ਇਹਨਾਂ 'ਚੋਂ ਕੁਛ ਕੁ ਕਿ ਜੀ ਜੇ ਐਂ ਫੋਲੋ ਕਰਦੇ ਹੋਣ ਤਾਂ ਫਿਰ ਤਾਂ ਬਾਣੀ ਵੀ ਹੁੰਦੀ ਹੈ ਜਾਂ ਹੋਰ, ਉਹਨੂੰ ਸੁਣ ਕੇ ਸਾਰੇ ਧਾਰਮਿਕ ਕਿਉਂ ਨਹੀਂ ਬਣਦੇ। ਬਹੁਤ ਸਾਰੀਆਂ ਇੰਟਰਵਿਊਆਂ ਕੀਤੀਆਂ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਲੋਕ ਸੁਣਦੇ, ਹਾਂ ਨਹੀਂ, ਪਰ ਇਹ ਗਲਤ ਹੈ, ਕਿਉਂਕਿ ਇਹ ਕਿਉਂ ਗਲਤ ਹੈ ਕਿ ਜਿਹੜੀ ਯੂਥ ਹੈ ਨਾ, ਇਹਦਾ ਜਿਹੜਾ ਸਾਡੇ ਉਹਨਾਂ ਨੂੰ ਫਿਰ ਮਾਨਸਿਕ ਸਟੱਡੀ ਨਹੀਂ ਹੈਗੀ, ਸਾਡੀ ਸਾਈਕੋਲੋਜੀ ਦੀ ਸਟੱਡੀ ਨਹੀਂ ਹੈਗੀ ਸਿੰਗਰਾਂ ਕੋਲ। ਜਿਹੜੀ ਸਾਈਕੋਲੋਜੀ ਉਹ ਹੈ ਕਿ ਜਿਹੜੀ ਯੂਥ ਹੈ ਨਾ, ਉਹਨਾਂ ਦਾ ਮਨ ਬਹੁਤ ਕੋਰਾ ਹੁੰਦਾ ਹੈ, ਅਤੇ ਉਹ ਜਿਹੜੀ ਉਹਨਾਂ ਦੀ ਈਗੋ ਹੈ ਨਾ, ਈਗੋ ਸੈਟਿਸਫਾਈ ਕਰਨ ਲਈ ਉਹਨਾਂ ਨੂੰ ਕੁਛ ਮਟੀਰੀਅਲ ਚਾਹੀਦਾ ਹੁੰਦਾ, ਅਤੇ ਉਹ ਜੇ ਈਜ਼ੀ ਅਵੇਲੇਬਲ ਮਟੀਰੀਅਲ ਮਿਲ ਜਾਏ ਤਾਂ ਉਹਨਾਂ ਦੀ ਈਗੋ ਬਹੁਤ ਜਲਦੀ ਸੈਟਿਸਫਾਈ ਹੋ ਜਾਂਦੀ ਹੈ। ਨੈਗੇਟਿਵਿਟੀ ਹਮੇਸ਼ਾ ਪੋਜ਼ਿਟਿਵਿਟੀ ਤੋਂ ਜ਼ਿਆਦਾ ਅਟਰੈਕਟਿਵ ਹੁੰਦੀ ਹੈ। ਦੁੱਲਾ ਭੱਟੀ ਨੂੰ ਬੰਦਾ ਦੱਸਦਾ ਕਾਜੀ ਕਿ ਵੀ ਜੇ ਤੂੰ ਨੈਗੇਟਿਵਿਟੀ ਅਤੇ ਪੋਜ਼ਿਟਿਵਿਟੀ ਦੋਨਾਂ 'ਚ ਇਹ ਫਰਕ ਹੈ ਕਿ ਪੋਜ਼ਿਟਿਵਿਟੀ ਨਾਲ ਬੰਦਾ ਦੇਰ ਨਾਲ ਮਸ਼ਹੂਰ ਹੁੰਦਾ ਅਤੇ ਨੈਗੇਟਿਵਿਟੀ ਨਾਲ ਤੁਰੰਤ ਹੀ ਹੋ ਜਾਂਦਾ, ਤਾਂ ਉਹਨੇ ਕਾਜੀ ਨੂੰ ਹੀ ਫੜ ਕੇ ਦਾੜੀ ਤੋਂ ਥੱਲੇ ਸੁੱਟ ਲਿਆ, ਉਹਦੇ 4 ਮਾਰੀਆਂ ਲੱਤਾਂ ਅਤੇ ਬਾਹਰ ਨਿਕਲ ਗਿਆ, ਕਹਿੰਦਾ ਲੈ ਨੈਗੇਟਿਵਿਟੀ ਤਾਂ ਸ਼ੁਰੂ ਅੱਜ ਤੋਂ, ਅਤੇ ਸ਼ਾਮ ਤੱਕ ਸਾਰੇ ਪਿੰਡ 'ਚ ਦੁੱਲਾ ਦੁੱਲਾ ਹੋ ਗਈ। ਹੁਣ ਚਲੋ ਇਹ ਅਲੱਗ ਅਸਪੈਕਟ ਹੈ ਕਿ ਦੁੱਲਾ ਬਾਅਦ 'ਚ ਪੋਜ਼ਿਟਿਵ ਰੋਲ ਪਲੇ ਕਰਦਾ, ਪਰ ਨੈਗੇਟਿਵਿਟੀ ਹਮੇਸ਼ਾ ਜਲਦੀ ਪਾਪੂਲਰ ਅਟਰੈਕਟਿਵ ਹੁੰਦੀ, ਜਲਦੀ ਅਟਰੈਕਟਿਵ। ਹੁਣ ਜਿਹੜਾ ਸਿੰਗਰ ਜਿਹੜੀ ਇਹ ਗਾ ਰਹੀ ਹੈ ਸਿੰਗਰ, ਕਿ 20 ਕਿੱਲੇ ਪੈਲੀ ਹੈ ਅਤੇ ਉਹਦੇ ਕੋਲ ਕਿੰਨੀਆਂ ਗੱਡੀਆਂ ਹੈ, ਕਿੰਨੇ ਟੋਚਨ ਲਾਉਣ ਨੂੰ ਟਰੈਕਟਰ ਰੱਖਿਆ, ਹੁਣ ਉਸ ਨੂੰ ਇਹ ਪੁੱਛਣ ਵਾਲਾ ਹੋਵੇ, ਮੈਂ ਜਾਣਦਾ ਮੇਰਾ ਇੱਕ 20 ਕਿੱਲਿਆਂ ਵਾਲਾ ਦੋਸਤ ਹੈ, ਉਹਦੇ ਕੋਲ ਆਲਟੋ ਰਹੀ ਹੈ ਹੁਣ ਤੱਕ, ਬਿਲਕੁਲ, ਉਹਨੇ ਵਿਚਾਰੇ ਨੇ ਮਸਾਂ ਮਤਲਬ ਦੂਜੀ ਗੱਡੀ ਲਈ। ਗੱਲਾਂ ਅਸਲੀਅਤ ਤੋਂ ਬਹੁਤ ਦੂਰ। ਹੁਣ ਇੱਕ ਸਿੰਗਰ ਦਾ ਮੈਂ ਗਾਣਾ ਸੁਣ ਰਿਹਾ ਸੀਗਾ ਵੀ ਕਨੇਡਾ ਬਾਰੇ ਹੈ ਕਿ ਮੇਰਾ ਲੀਡਰ ਚੋਟੀ, ਮੇਰਾ ਬਾਪੂ ਚੋਟੀ ਦਾ ਲੀਡਰ ਹੈ, ਅਤੇ ਉਹਦੇ ਨਾਲ ਆਹ ਕੁਛ ਹੁੰਦਾ, ਇੰਨੇ ਗਨਮੈਨ ਹੁੰਦੇ, ਲੋਕ ਉਹਨੂੰ ਮਿਲਣ ਲਈ ਤਰਸਦੇ ਹੈ। ਮੈਂ ਕੈਨੇਡਾ ਗਿਆ ਜੀ, ਅਤੇ ਮੈਨੂੰ ਰੂਬੀ ਸੋਤਾ ਮੈਡਮ ਨੇ ਆਪਣੇ ਆਫਿਸ 'ਚ ਇਨਵਾਈਟ ਕੀਤਾ, ਮੈਂ ਉੱਥੇ ਧਾਲੀਵਾਲ ਸਾਹਿਬ ਨੂੰ, ਰਣਬੀਰ ਸਿੰਘ ਸਰਾਏ, ਬਹੁਤ ਸਾਰੇ ਲੀਡਰਸ ਨੂੰ ਮਿਲਿਆ। ਰੂਬੀ ਸੋਤਾ ਮੈਡਮ ਦੇ ਆਫਿਸ 'ਚ ਗਿਆ, ਜਿੱਥੇ ਉੱਥੇ ਬਾਕੀ ਵੀ ਲੀਡਰਸ ਦੇ ਆਫਿਸ ਹੈ, ਕੋਈ ਸਿਕਿਉਰਿਟੀ ਵਾਲਾ ਹੀ ਨਹੀਂ ਲੱਭਿਆ ਮੈਨੂੰ ਤਾਂ। ਮੈਂ ਉਹਨਾਂ ਦੇ ਆਫਿਸ 'ਚ ਗਿਆ, ਕੋਈ ਕੰਮ ਕਰਾਉਣ ਵਾਲੇ ਨਹੀਂ ਲੋਕ, ਕੋਈ ਮਿਲਣ ਵਾਲੇ ਨਹੀਂ, ਮੈਂ ਹੱਸਣ ਲੱਗ ਗਿਆ ਮੈਮ ਨੂੰ, ਮੈਂ ਕਿਹਾ ਮੈਡਮ ਇੱਥੇ ਤਾਂ ਕੰਮ ਕਰਾਉਣ ਵਾਲੇ ਲੋਕ ਹੀ ਹੈ ਨਹੀਂ ਤੁਹਾਡੇ ਕੋਲ, ਤਾਂ ਤੁਸੀਂ ਕਾਹਦੇ ਲੀਡਰ ਹੋ? ਅਤੇ ਉਹ ਕਹਿੰਦੇ ਵੀ ਸਾਡੇ ਇੱਥੇ ਨਾ, ਜਿੱਦਣ ਲੋਕਾਂ ਨੂੰ ਕੰਮ ਕਰਾਉਣ ਲਈ ਆਉਣਾ ਪੈ ਗਿਆ, ਸਾਨੂੰ ਰਿਜ਼ਾਈਨ ਕਰਨਾ ਪੈ ਜਾਊਗਾ।
ਇੱਕ ਸੋਚ ਇਹ ਨਾ ਉਹ ਕੋਈ ਵੀ ਲੀਡਰ ਆਪਣੇ ਨਾਲ ਸਿਕਿਉਰਿਟੀਆਂ ਨਹੀਂ ਰੱਖਦੇ। ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਤੁਸੀਂ ਦੇਖ ਲਓਗੇ ਸੜਕ 'ਤੇ ਜੋਗਿੰਗ ਕਰਦਾ, ਇਕੱਲਾ ਹੀ ਤੁਰਿਆ ਫਿਰਦਾ, ਕਿਉਂਕਿ ਲੋਕਾਂ ਦੇ ਲੀਡਰ ਹੈ, ਉਹਨਾਂ ਨੂੰ ਲੋੜ ਨਹੀਂ ਹੈਗੀ। ਅਤੇ ਗਾਣੇ ਵਾਲੇ ਬਿਲਕੁਲ ਬਕਵਾਸ ਔਰ ਗਲਤ ਪ੍ਰੈਜੈਂਟ ਕਰ ਰਹੇ ਆ, ਸਪੈਸ਼ਲੀ ਗਾਇਕ ਜਿਹੜੇ ਹੈਗੇ ਆ, ਉਹਨਾਂ 'ਚ ਕੁਛ ਚੰਗਾ ਗਾਉਣ ਵਾਲੇ ਵੀ ਅਮਰਿੰਦਰ ਸਿੰਘ ਵਰਗੇ, ਅਮਰਿੰਦਰ ਸਿੱਧੂ ਵਰਗੇ ਚੰਗਾ ਵੀ ਗਾ ਰਹੇ ਆ ਮੁੰਡੇ ਨੇ, ਬਹੁਤ ਸਾਰੇ ਅੱਛਾ ਗਾ ਰਹੇ ਵੀ ਯਾਰ, ਉਹ ਵੀ ਮਸ਼ਹੂਰ ਹੈ, ਸਤਿੰਦਰ ਸਰਤਾਜ ਵਰਗੇ ਆ, ਸੋਹਣਾ ਗਾ ਰਹੇ ਆ, ਵੀ ਤੁਸੀਂ ਉਹਨਾਂ ਵਰਗਾ ਗਾ ਲਓ। ਬਿਲਕੁਲ। ਅਤੇ ਇਹ ਜ਼ਰੂਰੀ ਹੈ ਵੀ ਨੈਗੇਟਿਵਿਟੀ ਗੈਂਗਸਟਰਾਂ ਨੂੰ, ਨਸ਼ਿਆਂ ਨੂੰ ਪ੍ਰਮੋਟ ਕਰਨਾ ਤੁਸੀਂ, ਉਦੋਂ ਬਿਨਾਂ ਵੀ ਸਰ ਸਕਦਾ ਵੀਰੇ। ਮੈਂ ਤਾਂ ਇਹੀ ਕਹੂੰਗਾ, ਰਿਕੁਐਸਟ ਕਰਦਾ ਵੀ ਜਿਹੜੇ ਨਵੇਂ ਜਿਹੜੇ ਸਿੰਗਰ ਗਾ ਰਹੇ ਵੀ ਯਾਰ, ਤੁਸੀਂ ਗਾਉਣ ਲੱਗੇ ਸਿਰਫ ਜੇ ਥੋੜ੍ਹਾ ਜਿਹਾ ਮਟੀਰੀਅਲ ਹੀ ਸੁਚੱਜਾ, ਤੁਹਾਡੇ ਗਾਉਣ ਨਾਲ ਕੋਈ ਦਿੱਕਤ ਨਹੀਂ, ਗਾਓ ਜ਼ਰੂਰ, ਜਮ ਜਮ ਗਾਓ, ਪਰ ਬਿਲਕੁਲ ਥੋੜ੍ਹਾ ਜਿਹਾ ਚੰਗਾ ਗਾ ਲਓ, ਸਾਡੀ ਯੂਥ ਗਲਤ ਪਾਸੇ ਨਾ ਜਾਵੇ। ਇਹ ਤੁਹਾਡੀ ਪੇਂਟਿੰਗ ਦੀ ਫਿਰ ਗੱਲ ਕਰਦੇ, ਤੁਸੀਂ ਬਹੁਤ ਸਾਰੀਆਂ ਪੇਂਟਿੰਗਾਂ ਬਣਾਈ, ਤੁਹਾਡੀ ਜਿਹੜੀ ਸਭ ਤੋਂ ਪਸੰਦੀਦਾ ਪੇਂਟਿੰਗ ਕਿਹੜੀ ਆ, ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋ? ਮੈਨੂੰ ਕੁਛ ਕੁ ਪੇਂਟਿੰਗਸ ਮੇਰੀਆਂ ਜਿਹੜੀਆਂ, ਵੈਸੇ ਤਾਂ ਮਾਂ ਨੂੰ ਜਿਵੇਂ ਆਪਦੇ ਸਾਰੇ ਬੱਚੇ ਹੀ ਵਧੀਆ ਲੱਗਦੇ, ਅਤੇ ਪੇਂਟਿੰਗ ਬਣਾਉਣਾ ਬੱਚਾ ਜਨਮ ਦੇਣ ਵਰਗਾ ਹੀ ਪ੍ਰੋਸੈਸ ਹੁੰਦਾ। ਮੈਨੂੰ ਜਿਹੜੀ ਕੁਛ ਕੁ ਪੇਂਟਿੰਗਸ, ਇੱਕ ਤਾਂ ਇਨਡੋਮੀਟੇਬਲ ਪੇਂਟਿੰਗ ਹੈ ਮੇਰੀ, ਠੀਕ ਹੈ, ਇਨਡੋਮੀਟੇਬਲ ਪੇਂਟਿੰਗ ਲਈ ਮੈਨੂੰ ਸਟੇਟ ਅਵਾਰਡ ਵੀ ਲਲਿਤ ਕਲਾ ਅਕਾਡਮੀ ਦਾ ਮਿਲਿਆ ਜੀ। ਉਸ ਦੇ ਵਿੱਚ ਬੁੱਲ ਹੈ, ਬਲਦ ਬਾਹਰ ਆ ਫਰੇਮ ਤੋਂ, ਪਿਛਲੇ ਪਾਸੇ ਉਹਦੇ ਕੁਛ ਵੁਲਫਸ ਹੈ ਜੀ, ਵੁਲਫਸ ਭੌਂਕ ਰਹੀਆਂ ਲਾ ਲਓ, ਉਸ ਇੱਕ ਫਰੇਮ ਹੈ ਨਾ, ਜਿਹੜਾ ਫਰੇਮ ਉਹ ਸੁਸਾਇਟੀ ਨੂੰ ਸਿੰਬਲਾਈਜ਼ ਕਰਦਾ, ਜਰਜ਼ਰ ਫਰੇਮ ਹੈ, ਉਸਦੇ ਮਗਰ ਹੈ ਨੈਗੇਟਿਵਿਟੀ ਸਾਰੀ, ਅਤੇ ਉਹਨਾਂ ਦਾ ਜਵਾਬ ਦੇਣ ਲਈ ਇੱਧਰ ਤੁਹਾਡੇ ਘੁੰਗਰੂ ਅਤੇ ਟੱਲੀਆਂ, ਉਹਨਾਂ ਦਾ ਸੰਗੀਤ ਹੀ ਬਹੁਤ ਹੈ, ਅਤੇ ਤੁਸੀਂ ਜੇ ਬਲਦ ਵਾਂਗੂ ਸ਼ਾਨ ਤੋਂ, ਤਾਂ ਤੁਹਾਡਾ ਉਹਨਾਂ ਦਾ ਰਿਪਲਾਈ ਹੋ ਗਿਆ, ਤੁਸੀਂ ਆਪਣਾ ਕੰਮ ਆਪਣੇ ਧੁੰਨ ਨਾਲ ਕਰਦੇ ਰਹੋ ਜੀ, ਲੋਕਾਂ ਨੂੰ ਭੌਂਕਦੇ ਰਹਿਣ ਦਿਓ ਜੀ। ਅਤੇ ਉਦੋਂ ਬਿਨਾਂ ਭਗਤ ਸਿੰਘ ਦੀ ਪੇਂਟਿੰਗ ਜਿਹ 'ਚ ਉਹ ਕਿਤਾਬ ਦੇ ਰਿਹਾ, ਬਹੁਤ ਵਾਇਰਲ ਹੋਈ, ਮੁੱਛ ਨੂੰ ਗੇੜੇ ਦੇਣ ਦੀ ਬਜਾਏ, ਪਸਤੌਲ ਫੜਨ ਦੀ ਬਜਾਏ ਹੱਥ 'ਚ ਉਹ ਕਿਤਾਬ ਦੇ ਰਿਹਾ, ਉਹਦੀ ਆਪਦੀ ਅਸਲੀ ਫਿਲੋਸਫੀ ਦੱਸ ਰਿਹਾ ਵੀ ਦਿਸ ਇਜ਼ ਮਾਈ ਟਰੂ ਫਿਲੋਸਫੀ, ਉਹ ਪੇਂਟਿੰਗ ਮੈਨੂੰ ਕਾਫੀ ਪਸੰਦ ਹੈ। ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹਾਂਗੇ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਤੁਸੀਂ ਕੀ ਪਲਾਨ ਆਊਟ ਕਰ ਰਹੇ ਹੋ, ਤੁਹਾਡੇ ਫਿਊਚਰ ਪਲਾਨਸ ਕੀ ਨੇ, ਕਿਸ ਤਰ੍ਹਾਂ ਦੀ ਪੇਂਟਿੰਗਸ ਤੁਸੀਂ ਲੋਕਾਂ ਨੂੰ ਦੇ ਰਹੇ ਹੋ? ਦੇਖੋ ਜੀ, ਵੈਸੇ ਤਾਂ ਸਮਾਂ ਇਸ ਦਾ ਮਤਲਬ, ਜਿਹੜਾ ਸਮਾਂ ਉਹੀ ਸਭ ਤੋਂ ਵੱਡਾ ਤੁਹਾਡਾ ਪ੍ਰਸ਼ੰਸਕ ਵੀ ਹੁੰਦਾ, ਅਤੇ ਸਮਾਂ ਹੀ ਤੁਹਾਡੇ ਬਾਰੇ ਦੱਸ ਸਕਦਾ, ਉਹ ਤੁਹਾਡਾ ਜੋਤਸ਼ੀ ਵੀ ਹੁੰਦਾ। ਬਿਲਕੁਲ। ਪਰ ਮੈਂ ਜਿਹੜੀ ਮੇਰੀ ਪਲੈਨਿੰਗ ਹੈ, ਉਹ ਦੋ ਕੁ ਤਰ੍ਹਾਂ ਦੀਆਂ ਸੀਰੀਜ਼ ਦੀ ਹੈ। ਇੱਕ ਤਾਂ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਲੈ ਕੇ ਕੰਮ ਕਰ ਰਿਹਾ, ਉਹ ਪੂਰਾ ਨਹੀਂ ਹੋਇਆ ਹਜੇ, ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਰਾਜਕਾਲ 'ਤੇ ਇੱਕ ਸੀਰੀਜ਼ ਵੱਡੀ ਬਣ ਰਹੀ ਹੈ ਜੀ, ਉਹਦੀ ਇੱਕ ਮੈਂ ਇਨਕੰਪਲੀਟ ਸੀਰੀਜ਼ ਦਾ ਸ਼ੋਅ ਆਸਟ੍ਰੇਲੀਆ ਕੀਤਾ ਸੀ ਸਿੱਖ ਗੇਮਸ ਦੌਰਾਨ ਜੀ, ਪਰ ਉਹਦਾ ਕੰਪਲੀਟ ਸ਼ੋਅ ਮੈਂ ਅੰਮ੍ਰਿਤਸਰ ਪਹਿਲਾਂ, ਅਤੇ ਦੂਜਾ ਮੈਂ ਲਾਹੌਰ ਕਰਨ ਦਾ ਇੱਛੁਕ ਹੈ, ਜੇ ਲਾਹੌਰ ਵਾਲੇ ਸੱਦ ਲੈਣਗੇ ਤਾਂ ਜੀ, ਪਹਿਲਾ ਸ਼ੋਅ ਅੰਮ੍ਰਿਤਸਰ ਮੈਂ ਗੱਲ ਵੀ ਕਰਕੇ ਆਇਆ ਉੱਥੇ ਹੁਣ ਜਾ ਕੇ, ਅਤੇ ਦੂਜਾ ਇੱਕ ਮੈਂ ਸਪੈਸ਼ਲੀ ਕੈਨੇਡਾ ਵਾਲੇ ਦੋਸਤਾਂ ਲਈ ਤਿਆਰ ਕਰ ਰਿਹਾ ਜੀ, ਕੈਨੇਡੀਅਨ ਪਰਸਨੈਲਿਟੀਜ਼ ਅਤੇ ਪੰਜਾਬੀ ਪਰਸਨੈਲਿਟੀਜ਼ ਦਾ ਇੱਕ ਸ਼ੋਅ, ਜਿਵੇਂ ਕਿ ਕੈਨੇਡਾ ਦੇ ਡੇਵਿਡ ਸਜ਼ੂਕੀ ਹੈ, ਇਨਵਾਇਰਮੈਂਟਲਿਸਟ ਹੈ ਬਹੁਤ ਕਮਾਲ ਦੇ, ਉਹਨਾਂ ਦੀ ਪੇਂਟਿੰਗ ਹੋਊਗੀ, ਨਾਲ ਹੋਰ ਉਹਨਾਂ ਦੇ ਬਾਰੇ ਹੋਊਗਾ ਪੇਂਟਿੰਗ ਦੇ ਵਿੱਚ ਆਈਡੀਆ। ਐਂ ਇੱਧਰਲੇ ਪਾਸੇ ਭਗਤ ਪੂਰਨ ਸਿੰਘ ਦੀ, ਭਗਤ ਪੂਰਨ ਸਿੰਘ ਦਾ ਵੀ ਬਹੁਤ ਕਮਾਲ ਦਾ ਕੰਮ ਹੈ, ਜੇ ਕੈਨੇਡਾ ਦੇ ਇੱਕ ਪਲੇਅਰ ਦੀ ਹੈ ਤਾਂ ਸਾਡੇ ਵੀ, ਜੋ ਕੈਨੇਡਾ ਦੇ ਹਾਈਸ ਹਾਕੀ ਦੇ ਚੈਂਪੀਅਨ ਦੀ ਹੈ ਤਾਂ ਸਾਡੇ ਸੁਰਜੀਤ ਸਿੰਘ ਦੀ ਹੈ ਨਾ ਪੇਂਟਿੰਗ ਹੋਊਗੀ ਆਈਸ ਹਾਕੀ ਦੇ ਚੈਂਪੀਅਨ ਦੀ, ਉੱਧਰਲਾ ਸਿੰਗਰ ਆਪਣਾ ਸਿੰਗਰ, ਇੱਕ ਇੱਕ ਔਰ ਬਹੁਤ ਸਿਮਿਲੈਰਿਟੀਜ਼ ਲੱਭੀਆਂ ਮੈਨੂੰ, ਓਕੇ, ਕੈਨੇਡਾ ਔਰ ਪੰਜਾਬ ਦੀਆਂ ਪਰਸਨੈਲਿਟੀਜ਼ 'ਚ ਬਹੁਤ ਸਿਮਿਲੈਰਿਟੀਜ਼ ਲੱਭੀਆਂ ਔਰ ਇੱਕੋ ਤਰ੍ਹਾਂ ਦੀਆਂ ਪਰਸਨੈਲਿਟੀਜ਼ ਲੱਭੀਆਂ ਦੋਨਾਂ ਦੀਆਂ, ਤਾਂ ਉਹ ਸ਼ੋਅ ਬਸ ਨੈਕਸਟ ਈਅਰ ਤੱਕ ਤਿਆਰ ਹੋ ਜਾਊਗਾ। ਸੋ ਅਸੀਂ ਦੁਆ ਕਰਦੇ ਹਾਂ ਕਿ ਤੁਹਾਡਾ ਜਿਹੜਾ ਸੁਪਨਾ ਜਲਦੀ ਤੋਂ ਜਲਦੀ ਸਾਕਾਰ ਹੋਵੇ, ਅਤੇ ਤੁਸੀਂ ਜਿਹੜੀਆਂ ਸ਼ੌਹਰਤ ਦੀਆਂ ਹੋਰ ਬੁਲੰਦੀਆਂ 'ਤੇ ਜਾਓ, ਅਤੇ ਤੁਹਾਡਾ ਜਿਹੜਾ ਨਾਮ ਹੈ ਇਹ ਹੋਰ ਚਮਕਾਓ, ਸਗੋਂ ਸਾਡੇ ਪੰਜਾਬ ਦਾ ਜਿਹੜਾ ਨਾਮ ਹੈ ਪੂਰੇ ਵਰਲਡ ਦੇ ਵਿੱਚ ਚਮਕਾਓ। ਸੋ ਇਹ ਸਨ ਗੁਰਪ੍ਰੀਤ ਬਠਿੰਡਾ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਬਹੁਤ ਹੀ ਵਿਭਾਗ ਤਰੀਕੇ ਨਾਲ ਆਪਣੀ ਪੇਂਟਿੰਗਸ ਬਾਰੇ ਦੱਸਿਆ, ਆਪਣੇ ਵਿਚਾਰਾਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ, ਇਹ ਮਸ਼ਹੂਰ ਨੇ ਵਿਭਾਗ ਤਰੀਕੇ ਨਾਲ ਗੱਲਬਾਤ ਕਰਨ ਦੇ ਲਈ। ਸੋ ਅਗਲੇ ਹਫਤੇ ਅਗਲੇ ਸਮੇਂ ਫਿਰ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਧੰਨਵਾਦ।